तीसरा चैप्टर स्टार्ट करेंगे जी आज, जो अपनी क्लास प्लस वन माइक्रो इकोनॉमिक्स। तो चैप्टर नेम के जी कंज्यूमर इक्विलिब्रियम यूटिलिटी एनालिसिस। तो सब तो पहला इस दे जो कॉन्सेप्ट है जी कंज्यूमर कौन है। कंज्यूमर वो पर्सन हुंदा जी जो गुड्स एंड सर्विस नु की करदा जी कंज्यूम करदा वा। कोई तो देखो कोई पर्सन भी हो सकता जी, गवर्नमेंट भी हो सकती है, कोई इंस्टीट्यूशन भी हो सकता वा। कंज्यूमर की है एक इकोनॉमिक एजेंट है जो की करदा जी यूज करदा गुड्स एंड सर्विस नु फॉर द आपकी जो मतलब उनकी वांट्स ने उन्हें की करदे लई सैटिस्फाई करदे लई। ਤਾਂ ਕਹਿੰਦੇ ਆਪਣਾ ਕੰਜ਼ਿਊਮਰ ਇਕਨੋਮਿਕ ਏਜੰਟ ਆ ਜੋ ਆਪਣਾ ਕੀ ਆ ਡਿਸੀਜਨ ਲੈਂਦਾ ਵੀ ਆਪਣੀ ਇਨਕਮ ਨੂੰ ਉਹਨੇ ਕਿੰਨੇ ਸਪੈਂਡ ਕਰਨਾ ਵੀ ਉਹਨੂੰ ਜ਼ਿਆਦਾ ਤੋਂ ਜ਼ਿਆਦਾ ਕੀ ਮਿਲੇ ਸੈਟੀਸਫੈਕਸ਼ਨ ਮਿਲੇ। ਕੰਜ਼ਿਊਮਰ ਜੋ ਗੁੱਡਸ ਜਾਂ ਸਰਵਿਸ ਨੂੰ ਕੀ ਕਰਦਾ ਜੀ ਕੰਜ਼ਿਊਮ ਕਰਦਾ। ਉਸ ਤੋਂ ਬਾਅਦ ਆਇਆ ਜੀ ਯੂਟਿਲਿਟੀ ਕੀ ਆ। ਯੂਟਿਲਿਟੀ ਕੀ ਆ ਵੀ ਜਦੋਂ ਆਪਾਂ ਮਤਲਬ ਕੋਈ ਕਿਸੇ ਚੀਜ਼ ਦੀ ਕੰਜ਼ੰਪਸ਼ਨ ਕਰਦੇ ਆ, ਕੰਜ਼ੰਪਸ਼ਨ ਕਰਨ ਤੋਂ ਜੋ ਆਪਾਂ ਨੂੰ ਸੈਟੀਸਫੈਕਸ਼ਨ ਮਿਲਦੀ ਹੈ ਕਹਿੰਦੇ ਨੂੰ ਆਪਾਂ ਯੂਟਿਲਿਟੀ ਕਹਿੰਦੇ ਆ। ਜੋ ਕੋਈ ਵੀ ਆਪਾਂ ਪਾਣੀ ਮਤਲਬ ਕੀ ਆ ਪੀਤਾ ਜਾਂ ਆਪਾਂ ਨੇ ਮਤਲਬ ਚਾਹ ਪੀਤੀ ਹੈ ਜਾਂ ਕੋਈ ਵੀ ਆਪਾਂ ਨੇ ਕਿਸੇ ਚੀਜ਼ ਨੂੰ ਕੀ ਆ ਕੋਈ ਵੀ ਕਮੋਡਿਟੀ ਨੂੰ ਕੰਜ਼ਿਊਮ ਕਰਿਆ ਤਾਂ ਕੰਜ਼ਿਊਮ ਕਰਨ ਨੂੰ ਵੀ ਸੈਟੀਸਫੈਕਸ਼ਨ ਮਿਲੀ ਹੈ ਕਹਿੰਦੇ ਉਹ ਆਪਣੀ ਯੂਟਿਲਿਟੀ ਕਹਿੰਦੇ ਆ ਉਹਨੂੰ ਆਪਾਂ। ਤਾਂ ਦੇਖੋ ਕਹਿੰਦੇ ਯੂਟਿਲਿਟੀ ਮੇ ਬੀ ਡਿਫਾਈਨਡ ਐਜ਼ ਅ ਸੈਟੀਸਫੈਕਸ਼ਨ ਜੋ ਮਿਲੀ ਆਪਾਂ ਨੂੰ ਫਰੋਮ ਦੀ ਕੰਜ਼ੰਪਸ਼ਨ ਆਫ ਅ ਕਮੋਡਿਟੀ। ਠੀਕ ਆ ਜੀ। ਤਾਂ ਹੁਣ ਕਹਿੰਦੇ ਵੀ ਜਿਹੜੀ ਆਪਣੀ ਯੂਟਿਲਿਟੀ ਆ ਇਹਦੀ ਮੈਜ਼ਰਮੈਂਟ ਆਪਾਂ ਕੀ ਕਿਵੇਂ ਕਰਦੇ, ਇੱਕ ਕਾਰਡੀਨਲ ਹੈ ਇੱਕ ਆਰਡੀਨਲ ਮੈਜ਼ਰਮੈਂਟ ਆ। ਜੋ ਆਪਣੀ ਕਾਰਡੀਨਲ ਮੈਜ਼ਰਮੈਂਟ ਆ ਇਸ ਦੇ ਵਿੱਚ ਆਪਾਂ ਜਿਹੜੀ ਮਤਲਬ ਯੂਟਿਲਿਟੀ ਦੀ ਮੈਜ਼ਰਮੈਂਟ ਕਰਦੇ ਹਾਂ ਆਪਾਂ ਨੰਬਰਾਂ ਦੇ ਵਿੱਚ ਕਰਦੇ ਆ 1 2 3 4 ਇਸ ਤਰ੍ਹਾਂ ਆਪਾਂ ਕਰਦੇ ਆ ਜੀ। ਤੇ ਜਿਹੜਾ ਆਪਣਾ ਇਹਦੀ ਮੇਨ ਮੈਜ਼ਰਮੈਂਟ ਕਿਵੇਂ ਹੁੰਦੀ ਹੈ ਯੂਟਿਲਸ ਦੇ ਵਿੱਚ ਹੁੰਦੀ ਹੈ। ਜਿਵੇਂ ਆਪਾਂ ਸਬਜ਼ੀ ਕੋਈ ਲੈ ਕੇ ਆਉਨੇ ਆ ਉਹਦੀ ਮਤਲਬ ਆਪਾਂ ਮੈਜ਼ਰਮੈਂਟ ਕਰਦੇ ਕਿਲੋਗ੍ਰਾਮਾਂ ਚ 1 ਕੇਜੀ 2 ਕੇਜੀ 3 ਕੇਜੀ ਇਤਨੀ। ਜੋ ਆਪਾਂ ਮੇਨ ਯੂਨਿਟ ਯੂਜ਼ ਕਰਦੇ ਆ ਕੀ ਕਰਦੇ ਆ ਜੀ ਯੂਟਿਲਸ। ਯੂਟਿਲਸ ਦੇ ਵਿੱਚ ਇਹਨੂੰ ਕੀ ਆ ਮੈਜ਼ਰਮੈਂਟ ਕੀਤਾ ਜਾਂਦਾ ਕਾਰਡੀਨਲ ਕੀ ਆ ਨੰਬਰਾਂ ਦੇ ਵਿੱਚ। ਆਰਡੀਨਲ ਮੈਜ਼ਰਮੈਂਟ ਦੇ ਵਿੱਚ ਆਪਾਂ ਗੱਲ ਕਰਦੇ ਆ ਜੀ ਰੈਂਕਸ। ਇਹਦੇ ਦੇ ਵਿੱਚ ਆਪਾਂ ਰੈਂਕ ਦੇ ਵਿੱਚ ਮੈਜ਼ਰਮੈਂਟ ਕਰਦੇ ਆ ਜਾਂ ਕਹਿੰਦਾ ਹਾਈ ਜਾਂ ਲੋ ਦੀ ਗੱਲ ਕਰਾਂਗੇ ਇੱਕ, ਜਾਂ ਆਪਾਂ ਜਿਵੇਂ ਟੀ ਐਂਡ ਕਾਫੀ ਦੀ ਗੱਲ ਕਰ ਰਹੇ ਆ ਵੀ ਜੇ ਆਪਾਂ ਨੇ ਕੀ ਵੀ ਇੱਕ ਕੱਪ ਟੀ ਦਾ ਆਪਾਂ ਨੇ ਕੰਜ਼ੂਮ ਕੀਤਾ ਇੱਕ ਆਪਾਂ ਨੇ ਕਾਫੀ ਦਾ, ਆਪਾਂ ਕਹਾਂਗੇ ਵੀ ਜੋ ਇੱਕ ਕੱਪ ਜੋ ਆਪਾਂ ਨੇ ਟੀ ਦਾ ਕੰਜ਼ੂਮ ਕੀਤਾ ਇਹਦੇ ਨਾਲ ਆਪਾਂ ਨੂੰ ਜ਼ਿਆਦਾ ਸੈਟੀਸਫੈਕਸ਼ਨ ਮਿਲੀ ਆ ਦੈਨ ਜਿਹੜੀ ਆਪਣੀ ਕਾਫੀ ਦਾ ਜੋ ਆਪਾਂ ਨੇ ਕੱਪ ਕੰਜ਼ੂਮ ਕੀਤਾ ਜਾਂ ਜੋ ਕਾਫੀ ਦਾ ਕੱਪ ਆਪਾਂ ਨੇ ਕੰਜ਼ੂਮ ਕੀਤਾ ਵੀ ਉਦੋਂ ਆਪਾਂ ਨੂੰ ਕੀ ਹੈ ਜ਼ਿਆਦਾ ਸੈਟੀਸਫੈਕਸ਼ਨ ਮਿਲ ਰਹੀ ਹੈ ਦੈਨ ਟੀ ਦੇ ਨਾਲ। ਇਸ ਤਰੀਕੇ ਨਾਲ ਇਸ ਦੇ ਵਿੱਚ ਕੀ ਕਰਦੇ ਆ ਮੈਜ਼ਰਮੈਂਟ ਕਰਦੇ ਆ। ਉਸ ਤੋਂ ਬਾਅਦ ਆਇਆ ਜੀ ਆਪਣੇ ਕੋਲੇ ਕਨਸੈਪਟ ਆਫ ਟੋਟਲ ਯੂਟਿਲਿਟੀ ਐਂਡ ਮਾਰਜਨਲ ਯੂਟਿਲਿਟੀ ਕੀ ਹੁੰਦੀ ਹੈ ਜੀ। ਜੋ ਟੋਟਲ ਯੂਟਿਲਿਟੀ ਆ ਕਿਸੇ ਵੀ ਕਮੋਡਿਟੀ ਜਦੋਂ ਆਪਾਂ ਕੰਜ਼ੰਪਸ਼ਨ ਕਰ ਰਹੇ ਆ ਉਸ ਦੇ ਜਿੰਨੇ ਵੀ ਯੂਨਿਟ ਆਪਾਂ ਨੇ ਕੰਜ਼ੂਮ ਕਰੇ ਨੇ ਉਤੋਂ ਜੋ ਆਪਾਂ ਨੂੰ ਯੂਟਿਲਿਟੀ ਮਿਲਦੀ ਆ ਉਹਦੇ ਟੋਟਲ ਨੂੰ ਆਪਾਂ ਕੀ ਕਹਿੰਦੇ ਆ ਜੀ ਟੋਟਲ ਯੂਟਿਲਿਟੀ ਕਹਿੰਦੇ ਆ। ਜਿਵੇਂ ਆਪਾਂ ਚਪਾਤੀ ਖਾਂਦੇ ਆ ਠੀਕ ਆ ਜੀ, ਆਪਾਂ ਲੰਚ ਦੀ ਗੱਲ ਕਰੀਏ ਮੋ ਆਪਾਂ ਬ੍ਰੇਕਫਾਸਟ ਦੀ ਗੱਲ ਕਰੀਏ ਡਿਨਰ ਦੀ ਗੱਲ ਕਰੀਏ ਜੋ ਵੀ ਮਤਲਬ ਆਪਾਂ ਨੇ 4 3 2 ਜੋ ਵੀ ਆਪਾਂ ਨੇ ਚਪਾਤੀ ਸਕੀਨੇ ਕੰਜ਼ੂਮ ਕਰੀਆਂ ਨੇ ਉਸ ਤੋਂ ਜੋ ਆਪਾਂ ਨੂੰ ਯੂਟਿਲਿਟੀ ਮਿਲੀ ਆ ਜੋ ਆਪਾਂ ਮੰਨ ਲਓ 2 ਚਪਾਤੀ ਕੰਜ਼ੂਮ ਕਰੀਆਂ ਨੇ ਜਾਂ 4 ਆਪਾਂ ਨੇ ਕੰਜ਼ੂਮ ਕਰੀਆਂ ਨੇ ਉਤੋਂ ਜੋ ਆਪਾਂ ਨੂੰ ਯੂਟਿਲਿਟੀ ਮਿਲੀ ਆ ਉਹ ਸਾਰੀਆਂ ਦੀ ਜੋ ਆਪਾਂ ਟੋਟਲ ਯੂਟਿਲਿਟੀ ਨੂੰ ਐਡ ਕਰਾਂਗੇ ਯੂਟਿਲਿਟੀ ਨੂੰ ਆਪਣੇ ਕੋਲੇ ਕੀ ਆ ਜੂਗੀ ਟੋਟਲ ਯੂਟਿਲਿਟੀ ਆ ਜੂਗੀ। ਦੇਖੋ ਕਹਿੰਦੇ ਇਟ ਇਜ਼ ਦਾ ਸਮ ਟੋਟਲ ਆਫ ਯੂਟਿਲਿਟੀ ਡੈਰਿਵਡ ਫਰੋਮ ਦੀ ਕੰਜ਼ੰਪਸ਼ਨ ਆਫ ਆਲ ਯੂਨਿਟ ਆਫ ਅ ਕਮੋਡਿਟੀ। ਜਿਵੇਂ ਇੱਥੇ ਮੰਨ ਲਓ ਆਪਾਂ ਨੇ 1 ਕਮੋਡਿਟੀ ਜਿਹੜੀ ਐਕਸ ਕਮੋਡਿਟੀ ਦੀ ਗੱਲ ਕਰ ਰਹੇ ਹਾਂ ਉਹਦਾ ਫਸਟ ਯੂਨਿਟ ਕੰਜ਼ੂਮ ਕੀਤਾ ਤਾਂ ਆਪਾਂ ਨੂੰ 8 ਯੂਟਿਲਿਟੀ ਮਿਲ ਗਈ ਟੋਟਲ ਯੂਟਿਲਿਟੀ ਹੋ ਗਈ। ਦੂਸਰੇ ਦੇ 2 ਯੂਨਿਟ ਖਾਂ ਆਪਣੇ ਜਿਹੜੇ ਖਾਣ ਨਾਲ ਆਪਣੇ ਜਿਹੜੀ ਟੋਟਲ ਯੂਟਿਲਿਟੀ ਕਿੰਨੀ ਹੋ ਗਈ 14 ਤਾਂ ਇਹ ਆਪਣੇ ਕੀ ਹੈ ਟੋਟਲ ਯੂਟਿਲਿਟੀ। ਉਸ ਤੋਂ ਬਾਅਦ ਆਇਆ ਜੀ ਮਾਰਜਨਲ ਯੂਟਿਲਿਟੀ ਕੀ ਆ। ਕਹਿੰਦੇ ਵੀ ਜਦੋਂ ਆਪਾਂ ਕਿਸੇ ਚੀਜ਼ ਦੀ ਕੰਮ ਦੀ ਕੋਈ ਵੀ ਕਮੋਡਿਟੀ ਆ ਉਹਦੀ ਕੰਜ਼ੰਪਸ਼ਨ ਕਰਦੇ ਆ ਜੋ ਆਪਾਂ ਨੇ ਉਹਦਾ ਇੱਕ ਐਡੀਸ਼ਨਲ ਯੂਨਿਟ ਕੰਜ਼ੂਮ ਕਰਿਆ ਉਹਦੇ ਐਡੀਸ਼ਨਲ ਯੂਨਿਟ ਕੰਜ਼ੂਮ ਕਰਨ ਦੇ ਨਾਲ ਜੋ ਆਪਣਾ ਟੋਟਲ ਯੂਟਿਲਿਟੀ ਦੇ ਵਿੱਚ ਚੇਂਜ ਆਇਆ ਉਹਨੂੰ ਆਪਾਂ ਕੀ ਕਹਿੰਦੇ ਆ ਮਾਰਜਨਲ ਯੂਟਿਲਿਟੀ ਕਹਿੰਦੇ ਆ। ਜੇ ਆਪਾਂ ਉਹ ਸਮਝਦੇ ਆ ਜੋ ਆਪਣੇ ਪਹਿਲੀ ਜਿਵੇਂ ਚਪਾਤੀ ਦੀ ਗੱਲ ਕਰ ਰਹੇ ਹਾਂ ਵੀ ਪਹਿਲੀ ਚਪਾਤੀ ਦੇ ਨਾਲ ਆਪਾਂ ਨੂੰ ਕੀ ਆ 8 ਯੂਟਿਲਿਟੀ ਮਿਲੀ। ਦੂਸਰੀ ਯੂਨਿਟ ਜਿਹੜੀ ਚਪਾਤੀ ਦੇ ਜਾਣ ਨਾਲ ਖਾਣ ਦੇ ਨਾਲ ਆਪਣੇ ਜੋ ਯੂਟਿਲਿਟੀ ਕਿੰਨੀ ਹੋ ਗਈ 14 ਹੋ ਗਈ ਤਾਂ ਇਸ ਦੇ ਵਿੱਚ ਦਾ ਚੇਂਜ ਕਿੰਨਾ ਆ ਰਿਹਾ ਵਾ 6 ਦਾ। ਤਾਂ 6 ਆਪਣੀ ਕੀ ਆ ਮਾਰਜਨਲ ਯੂਟਿਲਿਟੀ ਜੋ ਆਪਾਂ ਨੇ ਐਡੀਸ਼ਨਲ ਯੂਨਿਟ ਕੰਜ਼ੂਮ ਕਰਿਆ ਜੋ 1 ਆਪਾਂ ਨੇ ਐਡੀਸ਼ਨਲ ਯੂਨਿਟ ਕੰਜ਼ੂਮ ਕਰਿਆ ਉਹਦੇ ਕੰਜ਼ੂਮ ਕਰਨ ਦੇ ਨਾਲ ਜੋ ਆਪਣਾ ਟੋਟਲ ਯੂਟਿਲਿਟੀ ਦੇ ਵਿੱਚ ਚੇਂਜ ਆਇਆ ਉਹਨੂੰ ਆਪਾਂ ਕੀ ਕਹਿੰਦੇ ਆ ਜੀ ਮਾਰਜਨਲ ਯੂਟਿਲਿਟੀ ਕਹਿੰਦੇ ਆ। ਤਾਂ ਉਸ ਤਰ੍ਹਾਂ ਦੇਖ ਲਓ ਇੱਕ ਅਨਦਰ ਯੂਨਿਟ ਆਪਾਂ ਨੇ ਫਿਰ ਕੰਜ਼ੂਮ ਕਰਿਆ ਤਾਂ ਜਿਹੜੀ ਆਪਣੀ ਯੂਟਿਲਿਟੀ ਕਿੰਨੀ ਹੋ ਗਈ ਉਹ 18 ਹੋ ਗਈ ਤਾਂ ਕਿੰਨਾ ਚੇਂਜ ਆ ਰਿਹਾ ਵਾ 4 ਦਾ ਚੇਂਜ।
आपने अनदर यूनिट कंज्यूम किया तो आपने जो टोटल यूटिलिटी कितनी होगी कमोडिटी का कितना चेंज आया जी 2 का चेंज आया तो जरा अपना टोटल मार्जिन यूटिलिटी का वो इक्वल होगा जी टोटल यूटिलिटी दी तो देखो जी अपने कोले अपने को मान लो जी अपना पावर मशीन से अपनी 80 होगी क्योंकि जब आप कोई भी नहीं कंज्यूम करेंगे 0 8 ਦੇ ਵਿੱਚ 0 ਲੈਸ ਕਰਾਂਗੇ ਤਾਂ 80 ਆਊਗਾ ਆਪਣੇ ਕੋਲ ਤਾਂ 8 + 6 ਕਿੰਨਾ ਆ ਗਿਆ ਜੀ ਆਪਣੇ ਕੋਲ 14 ਤਾਂ 14 ਦੇ ਵਿੱਚ ਆਪਾਂ ਨੇ ਫਿਰ 4 ਐਡ ਕੀਤਾ ਕਿੰਨਾ ਆ ਗਿਆ 18 18 ਦੇ ਵਿੱਚ 2 ਐਡ ਕੀਤਾ ਆਪਣੇ ਕੋਲ ਕਿੰਨਾ ਆ ਗਿਆ 20 ਆ ਵੀ ਕਹਿ ਸਕਦੇ ਆ 8 + 6 + 4 + 2 8 + 6 14 + 4 18 18 + 2 20 ਤਾਂ ਦਾ ਟੋਟਲ ਕਿਹਦੇ ਆ ਰਿਹਾ ਵਾ ਮਾਰਕ ਦਾ ਜੁੜ ਲਈ ਦਾ ਕਿਹਦੇ ਇਕੁਅਲ ਆ ਰਿਹਾ ਟੋਟਲ टोटल यूटिलिटी तो इस नेक्स्ट कांसेप्ट अपना रिलेशनशिप बिटवीन टोटल यूटिलिटी एंड मार्जिनल यूटिलिटी वेरी इंपॉर्टेंट अपना ये टॉपिक है जी जो अपना फाइनल एग्जाम में उनका के बीच भी आऊंगा अपना ये तो देखो कहते हैं कि जो अपना टोटल यूटिलिटी एंड मार्जिनल यूटिलिटी डिफरेंस मतलब जो रिलेशन की है कहते भी जो पहला मार्जिनल यूटिलिटी की है कि जो अपन डिसन यूनिट कंज्यूम कर दिया तो ओदे कंज्यूम करना जो चेंज होगा अपना टोटल यूटिलिटी के बीच में अपन मार्जिनल यूटिलिटी कहने का फार्मूला थ्रू कैलकुलेट कर सकते हैं ये अपनी मार्जिनल यूटिलिटी है। दूसरा कहते देखो जो अपना टीयू है वो किदी इक्वल होता है एमयू दे जो अपना समीशन होता है एमयू का तो अपन पहला भी पॉइंट किया कि यही भी जो अपना समीशन एमयू है जो मार्जिनल यूटिलिटी का टोटल है वो इक्वल होता है टोटल यूटिलिटी दे तो देखो जी 8 प्लस 6 कितना आ गया 14 14 प्लस 4 कितना आ गया 18 18 प्लस 2 कितना आ गया 20 ता अपना जो की है टोटल यूटिलिटी किदे इक्वल हो सकदा समीशन ऑफ एमयू ता कहंदे दूसरा कहंदे अपना टीयू इंक्रीज हो रहा जिस तरह जो जेडे लेवल तक जेड़ा अपना एमयू है वो की है पॉजिटिव देखो टीयू टोटल यूटिलिटी इंक्रीज सो लॉन्ग एज एमयू इज पॉजिटिव ਕਹਿੰਦੇ ਵੀ ਜੋ ਜਿੰਨਾ ਚਿਰ ਆਪਣੀ ਜਿਹੜੀ ਮਾਰਜਨ ਯੂਟਿਲਿਟੀ ਪੋਜ਼ਿਟਿਵ ਦੇ ਵਿੱਚ ਆ ਉਸ ਲੈਵਲ ਤੱਕ ਜਿਹੜਾ ਆਪਣਾ ਟੋਟਲ ਯੂਟਿਲਿਟੀ ਆ ਉਹ ਕੀ ਹੋ ਰਿਹਾ ਬਾਜੀ ਇਨਕਰੀਜ਼ ਹੋ ਰਿਹਾ ਉਸ ਤੋਂ ਬਾਅਦ ਜਿਹੜਾ ਦੂਸਰਾ ਕਨਸੈਪਟ ਆ ਕਿ ਜਦੋਂ ਮਾਰਜਨ ਯੂਟਿਲਿਟੀ ਆਪਣੀ ਕੀ ਆ ਕਹਿੰਦੇ 0 ਹੋ ਜਾਂਦੀ ਆ ਤਾਂ ਇਹ ਟੋਟਲ ਯੂਟਿਲਿਟੀ ਕੀ ਹੁੰਦੀ ਆ ਆਪਣੀ ਮੈਕਸਿਮਮ ਹੁੰਦੀ ਆ ਲੈਵਲ ਤੱਕ ਕੀ ਆਪਾਂ ਕੀ ਆ ਲੈਵਲ ਆ ਜਿਸ ਕੇਸ ਦੇ ਵਿੱਚ ਆਪਾਂ ਨੂੰ ਕੀ ਆ ਫੁੱਲ ਸੈਟੀਸਫੈਕਸ਼ਨ ਮਿਲ ਰਹੀ ਆ ਜਿਸ ਤੋਂ ਬਾਅਦ ਵੀ ਆਪਾਂ ਨੂੰ ਹੋਰ ਉਸ ਯੂਨਿਟ ਜੋ ਕਮਿਊਨਿਟੀ ਕੰਜ਼ੂਮ ਕਰਦੇ ਆ ਤਾਂ ਹੋਰ ਯੂਨਿਟ ਕੀ ਆ ਖਾਣ ਦੀ ਲੋੜ ਨਹੀਂ ਹੈਗੀ ਜੋ ਤੋਂ ਜ਼ਿਆਦਾ ਖਾਵਾਂਗੇ ਤਾਂ ਆਪਣੀ ਸਿਹਤ ਦੇ ਉੱਪਰ ਕੀ ਪਊਗਾ ਜੀ ਇਫੈਕਟ ਪਊਗਾ ਦੋਸਤੋ ਬਾਅਦ ਜਿਸ ਜੋ ਤੋਂ ਬਾਅਦ ਆਪਾਂ ਖਾਣੇ ਦਾ ਕੋਲ ਕੀ ਹੈ ਜ਼ਿਆਦਾ ਜੁਟਲੀ ਨਹੀਂ ਮਿਲੂਗੀ ਜਿਹਦੀ ਆਪਣੀ ਮਾਰਜਨ ਯੂਟਿਲਿਟੀ ਹੈ ਉਹ ਡਿਕਰੀਜ਼ ਹੋ ਜੂਗੀ ਤਾਂ ਟੋਟਲ ਯੂਟਿਲਿਟੀ ਕੀ ਹੋ ਜਾਣਾ ਵਾ ਇੱਥੇ ਡਿਕਰੀਜ਼ ਹੋਣਾ ਸਟਾਰਟ ਹੋ ਜਾਣਾ ਵਾ ਤਾਂ ਦੇਖੋ ਪੁਆਇੰਟ ਆ ਕਿ ਜਦੋਂ ਆਪਣੀ ਮਾਰਜਨ ਯੂਟਿਲਿਟੀ 0 ਹੁੰਦੀ ਆ ਤਾਂ ਜਿਹੜੀ ਆਪਣੀ ਟੋਟਲ ਯੂਟਿਲਿਟੀ ਕੀ ਹੈ ਉਹ ਮੈਕਸਿਮਮ ਹੁੰਦੀ ਤਾਂ ਇਹ ਆਪਣਾ ਪੁਆਇੰਟ ਆ ਵੀ ਇੱਥੇ ਜਦੋਂ ਮਾਰਜਨ ਯੂਟਿਲਿਟੀ ਕੋਲੋਂ ਆਪਣੀ ਕੀ ਹੈ 0 ਆ ਤੈਨੂੰ ਆਪਾਂ ਪੁਆਇੰਟ ਆਫ ਸੈਚੁਰੇਸ਼ਨ ਜਾਂ ਪੁਆਇੰਟ ਆਫ ਸਟੈਟਿਕ ਕਹਿੰਦੇ ਆ ਇਧਰ ਆਪਾਂ ਨੇ ਕੁਆਂਟੀਟੀ ਸ਼ੋ ਕੀਤੀ ਹੈ ਯੂਨਿਟ ਨੇ ਜੋ ਆਪਣੀ ਇਧਰ ਯੂਟਿਲਿਟੀ ਆ ਜੋ ਯੂਨਿਟਸ ਦੇ ਵਿੱਚ ਮੈਜ਼ਰਮੈਂਟ ਕਰਦੇ ਆ ਇਧਰ ਵੀ ਆਪਣਾ ਇਹੀ ਕਨਸੈਪਟ ਆ ਬਟ ਇਸ ਕਰਵ ਦੇ ਉੱਪਰ ਆਪਾਂ ਮਾਰਜਨ ਯੂਟਿਲਿਟੀ ਸ਼ੋ ਕਰ ਰਹੇ ਆ ਇਧਰ ਆਪਣੀ ਟੋਟਲ ਯੂਟਿਲਿਟੀ ਰਿਲੇਸ਼ਨ ਦਿਖਾਇਆ ਹੋਇਆ ਵੀ ਜਦੋਂ ਆਪਣੀ ਐਮਯੂ 0 ਹੋਊਗੀ ਟੀਯੂ ਆਪਣੀ ਕੀ ਹੋਊਗੀ ਮੈਕਸਿਮਮ ਹੋਊਗੀ ਜਿੰਨਾ ਚਿਰ ਆਪਣੀ ਟੋ ਮਾਰਜਨ ਯੂਟਿਲਿਟੀ ਪੋਜ਼ਿਟਿਵ ਆ ਉਸ ਕੇਸ ਦੇ ਵਿੱਚ ਆਪਣੀ ਜਿਹੜੀ ਟੋਟਲ ਯੂਟਿਲਿਟੀ ਆ ਉਹ ਕੀ ਆ ਇਨਕਰੀਜ਼ ਹੋ ਰਹੀ ਆ ਜਦੋਂ ਮਾਰਜਨ ਯੂਟਿਲਿਟੀ ਆਪਣੀ ਨੈਗੇਟਿਵ ਹੋਊਗੀ ਤਾਂ ਉਸ ਕੇਸ ਦੇ ਵਿੱਚ ਫਿਰ ਆਪਣੀ ਟੋਟਲ ਯੂਟਿਲਿਟੀ ਕੀ ਆ ਡਿਕਰੀਜ਼ ਹੋਣਾ ਕੀ ਹੋ ਜਾਂਦੀ ਹੈ ਜੀ ਸਟਾਰਟ ਹੋਣਾ ਹੋ ਜੇ ਮਤਲਬ ਡਿਕਰੀਜ਼ ਹੋਣਾ ਸ਼ੁਰੂ ਹੋ ਜਾਂਦੀ ਆ ਤਾਂ ਆਪਣੇ ਮੇਜ ਦੇ ਵਿੱਚ ਪੁਆਇੰਟ ਨੇ ਪਹਿਲਾ ਕੀ ਆ T2 ਕਿਹਦੇ ਇਕਵਲ ਹੁੰਦਾ ਸਮੀਸ਼ਨ ਐਮਯੂ ਦੇ ਤੇ T2 ਜਦੋਂ ਇਨਕਰੀਜ਼ ਹੋਊਗਾ ਜਿੰਨਾ ਚਿਰ ਪੋਜ਼ਿਟਿਵ ਆ ਮਿਲੂ ਤੇ ਜਦੋਂ ਆਪਣੀ ਐਮਯੂ 0 ਹੁੰਦੀ ਆ T2 ਟੋਟਲ ਯੂਟਿਲਿਟੀ ਮੈਕਸਿਮਮ ਹੁੰਦੀ ਆ ਜੀ ਤੇ ਜਦੋਂ ਆਪਣਾ ਐਮਯੂ ਨੈਗੇਟਿਵ ਹੋਗੀ ਤਾਂ T2 ਨੇ ਸਟਾਰਟ ਡਿਮਨੀਸ਼ਿੰਗ ਘਟਣਾ ਸਟਾਰਟ ਹੋ ਜਾਣਾ ਨਾ ਤੇ ਡਿਕਰੀਜ਼ ਐਮਯੂ ਇੰਪਲਾਈ ਦੈਟ T2 ਇਜ਼ ਇਨਕਰੀਜ਼ਿੰਗ ਐਟ ਦਾ ਡਿਕਰੀਜ਼ਿੰਗ ਰੇਟ ਤੇ ਵੀ ਜਦੋਂ ਆਪਣੀ ਐਮਯੂ ਪੋਜ਼ਿਟਿਵ ਆ ਤੇ ਡਿਕਰੀਜ਼ ਹੋ ਰਹੀ ਆ ਇਸ ਕੇਸ ਦੇ ਵਿੱਚ ਜਿਹੜੀ ਆਪਣੀ ਟੋਟਲ ਯੂਟਿਲਿਟੀ ਆ ਇਨਕਰੀਜ਼ ਹੁੰਦੀ ਆ ਡਿਕਰੀਜ਼ਿੰਗ ਰੇਟ ਤੇ ਇਹ ਆਪਣਾ ਕਨਸੈਪਟ ਸੀ ਅੱਜ ਦੇ ਉਮੀਦ ਕਰਦੇ ਕਲੀਅਰ ਹੋ ਗਏ ਹੋਣਗੇ ਆਪਣੀ ਵੀਡੀਓ ਤੇ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਥੈਂਕ ਯੂ।